ਕਲਮ ਤਾਰੇ ਆਖਦੇ ਦੇ ਦੇਖ ਵੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਸਾਡਾ ਵਿਸ਼ਾ ਹੈਗਾ ਕਿ ਜਿਹੜੇ ਖਰਾਬ ਗ੍ਰਹਿ ਹੈਗੇ ਆ ਉਹ ਤੁਹਾਨੂੰ ਕਦੀ ਵੀ ਇੱਕ ਸਹੀ ਬੰਦੇ ਕੋਲ ਨਹੀਂ ਜਾਣ ਦੇਣਗੇ। ਜੇ ਤੁਸੀਂ ਸਹੀ ਬੰਦੇ ਕੋਲ ਪਹੁੰਚ ਜਾਓਗੇ ਤੁਸੀਂ ਉਹਦੇ ਉਪਾਏ ਹੀ ਨਹੀਂ ਕਰ ਪਾਓਗੇ ਅਤੇ ਜੋ ਤੁਹਾਡੀ ਲਾਈਫ ਦੇ ਵਿੱਚ ਵਿਨਾਸ਼ ਲਿਖਿਆ ਹੋਇਆ ਉਹਨੂੰ ਕੋਈ ਨਹੀਂ ਰੋਕ ਸਕਦਾ। ਅੱਜ ਇਸ ਵਿਸ਼ੇ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਸੋ ਪਿਆਰੇ ਦਰਸ਼ਕੋ, ਜਦੋਂ ਵੀ ਆਪਾਂ ਜਨਮ ਕੁੰਡਲੀ ਦਿਖਾਉਣ ਜਾਂਦੇ ਹਾਂ ਉਦੋਂ ਪਹਿਲਾਂ ਆਪਾਂ ਕੋਈ ਨਾ ਕੋਈ ਜਿਹੜਾ ਹੈ ਪੁੰਨ ਦਾ ਕੰਮ ਜ਼ਰੂਰ ਕਰਕੇ ਰਹੀਏ, ਜਿੱਦਾਂ ਪੈਰੋ ਜੀ ਦੇ ਚਾਰ ਮੂੰਹ ਦਾ ਤੇਲ ਦਾ ਦੀਵਾ ਜਲਾਇਆਂ ਦਾ, ਜਾਂ ਆਪਾਂ ਗਾਂ ਨੂੰ ਰੋਟੀ ਪਾਇਆਂ ਦੀ, ਜਾਂ ਪੰਛੀਆਂ ਨੂੰ ਕੁਛ ਵੀ ਅਨਾਜ ਪਾਇਆਂ ਦੇ, ਜਾਂ ਆਉਂਦੇ ਹੋਏ ਕਿਸੇ ਵੀ ਇੱਕ ਗਰੀਬ ਨੂੰ ਜਿਹੜਾ ਹੈ ਕੁਛ ਵੀ ਖਾਣ ਪੀਣ ਨੂੰ ਦੇਤਾ, ਜਿਹੜਾ ਭੁੱਖਾ ਬੰਦਾ ਹੈ ਉਹਦੀ ਮਦਦ ਕਰ ਦਿੱਤੀ। ਉਦੋਂ ਬਾਅਦ ਜਦੋਂ ਆਪਾਂ ਜੋਤਿਸ਼ 'ਤੇ ਕਿਸੇ ਇੱਕ ਅੱਛੇ ਜੋਤਿਸ਼ੀ ਕੋਲ ਜਾਵਾਂਗੇ ਤਾਂ ਫਿਰ ਉਹਦੇ ਉਪਾਏ ਕਰਨ ਦੇ ਚਾਂਸਸ ਬਣ ਜਾਣਗੇ। ਤਿੰਨ ਚਾਰ ਇੰਸੀਡੈਂਟਸ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਨ੍ਹਾਂ ਨੂੰ ਯਾਦ ਕਰਕੇ ਕਈ ਵਾਰੀ ਮਨ ਵੀ ਦੁਖਦਾ ਹੈ। ਜਿੱਦਾਂ ਪਿਛਲੇ ਦਿਨੀ ਇੱਕ ਫੀਮੇਲ ਸਾਡੇ ਕੋਲ ਆਏ, ਉਹਨਾਂ ਨੂੰ ਪ੍ਰੋਬਲਮ ਸੀਗੀ ਕਿ ਉਹਨਾਂ ਨੂੰ ਜਿੱਦਾਂ ਕਿਸੇ ਪੰਡਿਤ ਜੀ ਨੇ ਕਹਿ ਦਿੱਤਾ ਸੀਗਾ ਕਿ ਤੁਹਾਡੇ ਉੱਤੇ ਕਿਸੇ ਦਾ ਕੁਛ ਕੀਤਾ ਕਰਾਇਆ ਕਾਲਾ ਇਲਮ ਹੈਗਾ, ਤੁਹਾਡੀ ਬਹੁਤ ਜਲਦੀ ਮੌਤ ਹੋ ਸਕਦੀ ਹੈ। ਜਦੋਂ ਉਹਨਾਂ ਨੇ ਸਾਨੂੰ ਆ ਕੇ ਆਪਣਾ ਹੋਰੋਸਕੋਪ ਦਿਖਾਇਆ ਸੀ ਕਿ ਸਿੰਪਲੀ ਤੁਹਾਡੇ ਉੱਤੇ ਇੱਕ ਨਜ਼ਰ ਹੈ, ਨਜ਼ਰ ਲੱਗੀ ਹੋਈ ਹੈ, ਉਹਦੇ ਸਿੰਪਲ ਜਿਹੇ ਉਪਾਅ ਦੱਸੇ ਕਿ ਤੁਸੀਂ ਉਹ ਕੰਪਲੀਟ ਉਪਾਅ ਕਰੋਗੇ ਤਾਂ ਠੀਕ ਹੋਣਾ ਸ਼ੁਰੂ ਹੋ ਜਾਓਗੇ। ਉਹਨਾਂ ਨੇ ਇਨਕੰਪਲੀਟ ਉਪਾਅ ਸ਼ੁਰੂ ਕੀਤੇ ਅਤੇ ਥੋੜ੍ਹਾ ਜਿਹਾ ਉਹਨਾਂ ਨੂੰ ਅਸਰ ਹੋਣਾ ਸ਼ੁਰੂ ਹੋਇਆ ਇੱਕ ਦੋ ਦਿਨ ਤੱਕ, ਲੇਕਿਨ ਕਿਉਂਕਿ ਉਪਾਅ ਉਹਨਾਂ ਦੇ ਕੰਪਲੀਟ ਨਹੀਂ ਸੀਗੇ ਅਤੇ ਤਿੰਨ ਚਾਰ ਦਿਨ ਤੋਂ ਬਾਅਦ ਉਹ ਜਦੋਂ ਮਨ ਜਿਹੜਾ ਅੰਦਰੋਂ ਵਿਵਰ ਹੋਇਆ ਅਤੇ ਕਿਸੇ ਤਾਂਤਰਿਕ ਦੇ ਕੋਲ ਚਲੇ ਗਏ, ਹਜ਼ਾਰਾਂ ਰੁਪਏ ਉੱਥੇ ਖਰਚ ਕਰ ਦਿੱਤੇ, ਫਿਰ ਉਹਨਾਂ ਦੀ ਪੋਜੀਸ਼ਨ ਖਰਾਬ ਹੋਣੀ ਸ਼ੁਰੂ ਹੋਈ, ਫਿਰ ਉਹ ਸਾਡੇ ਕੋਲ ਦੁਬਾਰਾ ਆਏ, ਜਾ ਕੇ ਉਹਨਾਂ ਨੇ ਪ੍ਰੋਪਰਲੀ ਰੈਮਡੀਜ਼ ਕੀਤੀਆਂ ਤਾਂ ਉਹਨਾਂ ਦੀਆਂ ਠੀਕ ਹੋਣੀਆਂ ਸ਼ੁਰੂ ਹੋਈਆਂ। ਇੱਦਾਂ ਹੀ ਸਾਡੇ ਕੋਲ ਇੱਕ ਪਰਿਵਾਰ ਤੋਂ ਇੱਕ ਉਹਨਾਂ ਦੇ ਸਿਸਟਰ ਸਾਡੇ ਕੋਲ ਆਏ ਅਤੇ ਜਦੋਂ ਉਹਨਾਂ ਨੇ ਕੁੰਡਲੀ ਦਿਖਾਈ ਤਾਂ ਸਾਨੂੰ ਕੁੰਡਲੀ ਦੇਖ ਕੇ ਇੱਕਦਮ ਯਾਦ ਆਇਆ ਕਿ ਇਹ ਤਾਂ ਕੁੰਡਲੀ ਕਿਸੇ ਦੀ ਅਸੀਂ ਦੇਖੀ ਹੋਈ ਹੈ ਬਹੁਤ ਸਾਲ ਪਹਿਲੇ, ਅਤੇ ਫਿਰ ਸਾਨੂੰ ਯਾਦ ਆਇਆ ਕਿ ਕਿਸੇ ਇੱਕ ਹੋਰ ਸ਼ਹਿਰ ਦੇ ਵਿੱਚ ਉਸ ਕੁੰਡਲੀ ਵਾਲਿਆਂ ਨੇ ਸਾਨੂੰ ਆਪਣੇ ਘਰ ਵਾਸਤੂ ਵਿਜ਼ਿਟ 'ਤੇ ਬੁਲਾਇਆ ਸੀਗਾ। ਅਸੀਂ ਵਾਸਤੂ ਵਿਜ਼ਿਟ 'ਤੇ ਗਏ, ਜਾ ਕੇ ਉਹਨਾਂ ਨੂੰ ਸਾਰੀਆਂ ਕਰੈਕਸ਼ਨਸ ਦੱਸੀਆਂ, ਉਹ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਦਾ ਕੰਮ ਬਹੁਤ ਜ਼ਿਆਦਾ ਹਾਈ ਫਾਈ ਹੋ ਗਿਆ ਸੀਗਾ, ਬਹੁਤ ਜ਼ਿਆਦਾ ਉਹ ਲੱਖਾਂ ਤੋਂ ਕਰੋੜਾਂ ਦੇ ਵਿੱਚ ਪਹੁੰਚ ਗਏ ਸੀਗੇ। ਲੇਕਿਨ ਜਦੋਂ ਹੀ ਉਹ ਨਵੇਂ ਘਰ ਉਹਨਾਂ ਨੇ ਨਵਾਂ ਘਰ ਲਿਆ, ਨਵੇਂ ਘਰ 'ਚ ਪਹੁੰਚੇ, ਉਹਦਾ ਵਾਸਤੂ ਨਹੀਂ ਉਹਨਾਂ ਨੇ ਕਰਾਇਆ ਅਤੇ ਨਾਲ ਹੀ ਨਾਲ ਉਦੋਂ ਗ੍ਰਹਿ ਵੀ ਨਹੀਂ ਚੈੱਕ ਕਰਾਏ, ਗ੍ਰਹਿਆਂ ਦੀ ਕੁਛ ਇੱਦਾਂ ਦੀ ਪੋਜੀਸ਼ਨ ਸੀ ਕਿ ਕਰੋੜਾਂ ਤੋਂ ਖਤਮ ਹੁੰਦੇ ਹੁੰਦੇ ਜ਼ੀਰੋ ਤੋਂ ਪਹੁੰਚੇ ਅਤੇ ਆਖਿਰ ਉਹਨਾਂ ਨੂੰ ਸਾਰਾ ਘਰ ਬਾਰ ਛੱਡਣਾ ਪਿਆ। ਅਤੇ ਜਦੋਂ ਉਹਨਾਂ ਦੇ ਸਿਸਟਰ ਨੇ ਰੈਮੇਡੀਜ਼ ਦੇ ਲਈ ਸਾਡੇ ਕੋਲ ਆਏ, ਉਹਨਾਂ ਨੇ ਕਿਹਾ ਕਿ ਅਸੀਂ ਕੱਲ੍ਹ ਹੀ ਇੱਕ ਵਾਰੀ ਪ੍ਰੋਪਰ ਆ ਕੇ ਸਾਰਾ ਸਮਾਨ ਲੈ ਕੇ ਸਮਝ ਕੇ ਇਹਨੂੰ ਸ਼ੁਰੂ ਕਰਦੇ ਹਾਂ। ਅਸੀਂ ਸਿਰਫ ਮੁਸਕਰਾਏ ਕਿਉਂਕਿ ਸਾਨੂੰ ਪਤਾ ਸੀਗਾ ਕਿ ਮਾੜੇ ਗ੍ਰਹਿ ਉਹਨਾਂ ਨੂੰ ਜਿਹੜਾ ਹੈ ਕੰਮ ਨਹੀਂ ਉਹਨਾਂ ਦਾ ਠੀਕ ਹੋਣ ਦੇਣਗੇ, ਅਤੇ ਅੱਜ ਉਹਨਾਂ ਨੂੰ ਵੀ ਕਈ ਦਿਨ ਹੋ ਗਏ ਅਤੇ ਕਿਸੇ ਨਾ ਕਿਸੇ ਚੱਕਰ 'ਚ ਕਿਤੇ ਨਾ ਕਿਤੇ ਉਲਝ ਰਹੇ ਹਾਂ। ਕਹਿਣ ਦਾ ਭਾਵ ਇਹ ਹੈ ਕਿ ਆਪਾਂ ਜਦੋਂ ਕੁੰਡਲੀ ਦੇਖਦੇ ਹਾਂ ਤਾਂ ਆਪਾਂ ਇਹ ਕੁਛ ਲੋਕ ਇਹ ਕਹਿੰਦੇ ਆ ਦੇਖ ਕੇ ਕਿ ਹਾਂਜੀ ਜੋ ਹੋਣਾ ਹੋ ਕੇ ਰਹੇਗਾ। ਹਾਂ, ਇਹ ਗੱਲਾਂ ਕੁਛ ਹੱਦ ਤੱਕ ਸਹੀ ਅਸੀਂ ਇਹਨੂੰ ਮੰਨ ਸਕਦੇ ਹਾਂ। ਉਹ ਤਾਂ ਮੰਨ ਸਕਦੇ ਹਾਂ ਕਿ ਜਦੋਂ ਤੁਹਾਡੇ ਕਿਸੇ ਚੰਗੇ ਕਰਮ ਨੇ ਤੁਹਾਨੂੰ ਇੱਕ ਅੱਛੇ ਇੱਕ ਲਾਇਕ ਜੋਤਸ਼ੀ ਕੋਲ ਪਹੁੰਚਾਤਾ, ਤਾਂ ਜਿਹੜਾ ਮਾੜਾ ਕਰਮ ਹੈ ਉਹ ਉਸ ਜੋਤਸ਼ੀ ਦੇ ਕੋਲ ਸਾਰਾ ਕੁਛ ਲਿਖਵਾਉਣ ਤੋਂ ਬਾਅਦ ਵੀ ਤੁਹਾਡੇ ਉਪਾਏ ਨਹੀਂ ਹੁੰਦੇਗਾ। ਇਸ ਲਈ ਜਦੋਂ ਵੀ ਉਪਾਏ ਕਰਵਾਉਣ ਦੇ ਲਈ ਕਿਸੇ ਐਸਟ੍ਰੋਲੋਜਰ ਨੂੰ ਅੱਛੇ ਨੂੰ ਦਿਖਾਉਣ ਜਾਂਦੇ ਹੋ ਪਹਿਲਾਂ ਆਪਣੇ ਦਾਨ ਪੁੰਨ ਬਹੁਤ ਸਟਰੋਂਗਲੀ ਕਰਕੇ ਜਾਓ। ਅਤੇ ਇੱਕ ਗੱਲ ਅਸੀਂ ਕਹਿਣਾ ਚਾਹਾਂਗੇ ਉਹਨਾਂ ਸਾਡੇ ਸਾਰੇ ਦਰਸ਼ਕਾਂ ਦੇ ਲਈ ਜਿਹੜੇ ਜੋਤਿਸ਼ ਨੂੰ ਦੇਖਦੇ ਵੀ ਹੈ, ਸਮਝਦੇ ਵੀ ਹੈ, ਲੇਕਿਨ ਫਿਰ ਵੀ ਕਹਿ ਦਿੰਦੇ ਕਿ ਜੋ ਹੋਣਾ ਹੋ ਕੇ ਰਹੇਗਾ। ਇੱਕ ਐਗਜ਼ਾਮਪਲ ਦਿੰਦੇ ਹਾਂ, ਸਾਡਾ ਇੱਦਾਂ ਹੀ ਇੱਕ ਦੋਸਤ ਹੈ, ਉਹ ਜੋਤਿਸ਼ 'ਤੇ ਬਿਲੀਵ ਨਹੀਂ ਕਰਦਾ। ਜਦੋਂ ਮਿਲਦਾ ਕਹਿੰਦਾ ਭਾਅ ਜੀ ਜੋ ਹੋਣਾ ਹੋ ਕੇ ਰਹੇਗਾ। ਅਤੇ ਦੀਵਾਲੀ ਦਾ ਦਿਨ ਸੀਗਾ, ਉਹ ਇੱਕ ਪਟਾਕੇ ਨੂੰ ਚਲਾ ਰਿਹਾ ਸੀਗਾ, ਪਟਾਕੇ ਨੂੰ ਅੱਗ ਲਗਾਉਂਦਾ ਸੀਗਾ, ਅੱਗ ਲਗਾ ਕੇ ਸਿੱਟ ਦਿੰਦਾ ਸੀਗਾ ਸਾਈਡ 'ਤੇ, ਪਟਾਕਾ ਫਟ ਜਾਂਦਾ ਸੀਗਾ। ਅਸੀਂ ਉਹਨੂੰ ਕਿਹਾ ਯਾਰ ਤੂੰ ਕਿਉਂ ਡਰਦਾ ਪਿਆ, ਆਪਣੇ ਹੱਥ ਦੇ ਵਿੱਚ ਪਟਾਕਾ ਫੜ, ਉਹਨੂੰ ਅੱਗ ਲਗਾ, ਪਟਾਕਾ ਫੜੀ ਰੱਖ, ਅਤੇ ਜੇ ਤਾਂ ਤੇਰੀ ਕਿਸਮਤ 'ਚ ਲਿਖਿਆ ਕਿ ਤੇਰਾ ਹੱਥ ਸੜਨਾ ਤਾਂ ਤੇਰਾ ਹੱਥ ਸੜੀ ਜਾਏਗਾ, ਤੂੰ ਅੱਗ ਲਾਉਂਦੇ ਲਾਉਂਦੇ ਪਟਾਕਾ ਤੇਰਾ ਚੱਲ ਜਾਏਗਾ। ਜੇ ਤੇਰੀ ਕਿਸਮਤ 'ਚ ਲਿਖਿਆ ਵੀ ਤੇਰਾ ਹੱਥ ਨਹੀਂ ਸੜਨਾ ਤਾਂ ਤੇਰਾ ਜਿਹੜਾ ਹੈ ਪਟਾਕਾ ਉਹ ਹੱਥ ਦੇ ਵਿੱਚ ਵੀ ਫੁੱਟ ਕੇ ਤੇਰਾ ਹੱਥ ਨਹੀਂ ਸੜੇਗਾ। ਕਹਿੰਦਾ ਨਹੀਂ ਨਹੀਂ ਜੀ, ਮੈਂ ਇੱਦਾਂ ਦਾ ਰਿਸਕ ਨਹੀਂ ਲੈ ਸਕਦਾ। ਮੈਂ ਕਿਹਾ ਕਹਿਣ ਦਾ ਭਾਵ ਤੈਨੂੰ ਯਕੀਨ ਨਹੀਂ ਹੈ ਵੀ ਜੋ ਹੋਏਗਾ ਹੋ ਕੇ ਰਹੇਗਾ, ਜੋ ਹੋਣਾ ਹੋ ਕੇ ਰਹੇਗਾ। ਕਹਿੰਦਾ ਨਹੀਂ ਜੀ, ਇਸ ਚੀਜ਼ ਦਾ ਤਾਂ ਮੈਨੂੰ ਯਕੀਨ ਹੈ ਪਰ ਪ੍ਰੀਕੋਸ਼ਨ ਵੀ ਤਾਂ ਚਾਹੀਦਾ। ਮੈਂ ਕਿਹਾ ਦੋਸਤ, ਇਹੀ ਤਾਂ ਚੀਜ਼ ਅਸੀਂ ਕਹਿੰਦੇ ਹਾਂ ਕਿ ਅਸੀਂ ਤੁਹਾਡਾ ਜਦੋਂ ਵੀ ਹੋਰੋਸਕੋਪ ਦੇਖਦੇ ਹਾਂ, ਹੋਰੋਸਕੋਪ ਦੇਖ ਕੇ ਇਹੀ ਕਹਿੰਦੇ ਹਾਂ ਕਿ ਐਕਸੀਡੈਂਟ ਦੇ ਚਾਂਸ ਹੋ ਸਕਦੇ ਆ, ਭਰਾਵਾ ਡਰਾਈਵਿੰਗ ਬਹੁਤ ਕੇਅਰਫੁਲੀ ਚਲਾਈ। ਫਿਰ ਅਸੀਂ ਦੇਖ ਕੇ ਕਹਿੰਦੇ ਹਾਂ ਕਰਜ਼ਾ ਲਿੱਤਾ ਜਾ ਸਕਦਾ, ਜੇ ਕਰਜ਼ਾ ਲੈ ਲਿਆ ਤਾਂ ਦਲਦਲ 'ਚੋਂ ਬਾਹਰ ਨਹੀਂ ਨਿਕਲੇਗਾ, ਇਸ ਲਈ ਭਰਾਵਾ ਕਰਜ਼ਾ ਨਾ ਨਹੀਂ। ਤੀਜਾ ਅਸੀਂ ਕਹਿੰਦੇ ਹਾਂ ਕਿ ਤੇਰਾ ਪੇਟ ਖਰਾਬੀ ਦੇ ਚਾਂਸ ਹੋ ਸਕਦੇ ਆ, ਧਿਆਨ ਰੱਖੀ। ਸੋ ਜੋਤਿਸ਼ ਜਿਹੜਾ ਹੈਗਾ
ਇਹ ਪ੍ਰੀਕੋਸ਼ਨਸ ਦਿੰਦਾ, ਨਾਲ ਨਾਲ ਛੋਟੇ ਛੋਟੇ ਉਪਾਅ ਵੀ ਦਿੰਦਾ, ਜਿਨ੍ਹਾਂ ਉਪਾਅ ਨੂੰ ਆਪਾਂ ਦਾਨ ਪੁੰਨ ਨੂੰ ਜਦੋਂ ਕਰਦੇ ਹਾਂ ਤਾਂ ਨਿਸ਼ਚਿਤ ਰੂਪ ਦੇ ਵਿੱਚ ਸਾਡੀ ਲਾਈਫ ਚੇਂਜ ਹੁੰਦੀ ਹੈ। ਸੋ ਦਰਸ਼ਕੋ, ਇੱਕ ਵਾਰੀ ਫਿਰ ਤੁਹਾਨੂੰ ਇਹੀ ਕਹਾਂਗੇ, ਕਹਾਂਗੇ ਕਿ ਆਪਣੀ ਕਰਮ ਥਿਉਰੀ ਨੂੰ ਅੱਛਾ ਬਣਾ ਲਓ, ਦਾਨ ਪੁੰਨ ਪਾਠ ਪੂਜਾ ਥੋੜ੍ਹਾ ਜਿਹਾ ਦੇ ਲਈ ਵੀ ਟਾਈਮ ਕੱਢੋ, ਫਿਰ ਤੁਹਾਨੂੰ ਜੋਤਿਸ਼ ਹਰ ਹਾਲ ਦੇ ਵਿੱਚ ਵਧੀਆ ਅਤੇ ਫਲਿਤ ਹੋ ਸਕਦਾ ਹੈ। ਸੋ ਅੱਜ ਦਾ ਸੀ ਇਹ ਟੋਪਿਕ, ਸਾਡਾ ਕਿੱਦਾਂ ਲੱਗਿਆ ਜ਼ਰੂਰ ਦੱਸਿਓ, ਅਤੇ ਜੇ ਅੱਛਾ ਲੱਗਿਆ ਤਾਂ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ, ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਇਸ ਤੋਂ ਇਲਾਵਾ ਅਸੀਂ ਇੰਸਟਾਗ੍ਰਾਮ ਦੇ ਉੱਤੇ, ਟਿਕਟੋਕ ਦੇ ਉੱਤੇ ਅਤੇ ਵਟਸਐਪ ਸਟੇਟਸ ਦੇ ਉੱਤੇ ਵੀ ਤੁਹਾਨੂੰ ਰੋਜ਼ ਕੁਛ ਨਾ ਕੁਛ ਜਾਣਕਾਰੀ ਜ਼ਰੂਰ ਦਿੰਦੇ ਹਾਂ। ਸੋ ਸਾਡੇ ਨਾਲ ਜੁੜੇ ਰਹੀਓ। ਹਰ ਮਹੀਨੇ ਸਾਡਾ ਇੱਕ ਫ੍ਰੀ ਹਵਨ ਹੁੰਦਾ, ਉਹਦੇ 'ਚ ਤੁਸੀਂ ਆ ਕੇ ਪਾਰਟੀਸਪੇਟ ਕਰ ਸਕਦੇ ਹੋ, ਕੋਈ ਚਾਰਜ ਨਹੀਂ ਹੁੰਦਾ। ਇੱਕ ਮਿਊਜ਼ੀਕਲ ਸ਼ਾਮ ਹੁੰਦੀ ਹੈ, ਜਿਹੜੇ ਕਲਾਕਾਰ ਹੈ, ਬੱਚੇ ਜਿਹੜੇ ਅੱਜ ਕੱਲ੍ਹ ਦੇ ਅੱਗੇ ਆ ਰਹੇ ਆ, ਉਹਨਾਂ ਨੂੰ ਅਸੀਂ ਉਹਦੇ 'ਚ ਮੌਕਾ ਦਿਵਾਉਂਦੇ ਹਾਂ, ਜਿਹੜੇ ਸਾਡੇ ਮੈਂਬਰਸ ਹੈ। ਅਤੇ ਹਰ ਮਹੀਨੇ 12 ਲੇਡੀਜ਼ ਨੂੰ ਜਿਹੜਾ ਰਾਸ਼ਨ ਵੀ ਦਿੱਤਾ ਜਾਂਦਾ, ਅਤੇ ਉਹਦੇ 'ਚ ਵੀ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ। ਤੁਹਾਡਾ ਤਿੰਨਾਂ 'ਚ ਹੀ ਸਵਾਗਤ ਹੈ ਸਾਡੇ ਜਿੰਨੇ ਈਵੈਂਟਸ ਹੁੰਦੇ ਆ। ਬਾਕੀ ਜੇ ਸਾਨੂੰ ਮਿਲਣਾ ਚਾਹੋ ਤਾਂ ਸਕਰੀਨ ਦੇ ਉੱਤੇ ਸਾਡੇ ਨੰਬਰਸ ਦਿੱਤੇ ਆ, ਟਾਈਮ ਲੈ ਕੇ ਆ ਕੇ ਮਿਲ ਸਕਦੇ, ਜਾਂ ਟੈਲੀਫੋਨਿਕ ਅਪਾਇੰਟਮੈਂਟ ਵੀ ਲੈ ਸਕਦੇ ਜਿਹਦੇ ਚਾਰਜ ਹੁੰਦੇ ਆ। ਜੇ ਤੁਸੀਂ ਫੀਸ ਖਰਚ ਨਹੀਂ ਕਰ ਸਕਦੇ ਜਾਂ ਖਰਚ ਕਰਨਾ ਨਹੀਂ ਚਾਹੁੰਦੇ ਤਾਂ ਇੱਕ ਚਿੱਠੀ ਲਿਖ ਕੇ, ਆਪਣੀ ਕੁੰਡਲੀ ਦੀ ਕਾਪੀ, ਇੱਕ ਸਵਾਲ ਲਿਖ ਕੇ ਸਾਡੇ ਟੀਵੀ ਐਡਰੈਸ 'ਤੇ ਪਾ ਦਿਓ, ਅਤੇ ਉਹਦੇ ਕੋਈ ਚਾਰਜਸ ਨਹੀਂ ਹੋਣਗੇ। ਪੂਰਾ ਐਡਰੈਸ ਤੁਸੀਂ ਸਾਨੂੰ ਪੁੱਛ ਸਕਦੇ ਹੋ। ਜਾਣ ਤੋਂ ਪਹਿਲਾਂ ਇਹੀ ਕਹਾਂਗੇ ਕਿ ਸਭ ਤੋਂ ਵੱਡੀ ਮਾਂ ਹੁੰਦੀ ਹੈ, ਮਾਂ ਦਾ ਆਦਰ ਜ਼ਰੂਰ ਕਰਿਆ ਕਰੋ, ਪਿਤਾ ਜੀ ਦਾ ਧਿਆਨ ਰੱਖਿਆ ਕਰੋ, ਪਰਿਵਾਰ ਦਾ ਪੂਰਾ ਜਿਹੜਾ ਹਰ ਰਿਸ਼ਤੇ ਦੀ ਕਦਰ ਕਰੋ, ਨਸ਼ਿਆਂ ਤੋਂ ਦੂਰ ਰਹੋ, ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰੋ, ਪੇੜ ਆਪਣੇ ਹਰ ਘਰ ਦੇ ਬਾਹਰ ਇੱਕ ਜ਼ਰੂਰ ਲਗਾ ਦਿਓ ਜੇ ਵਾਤਾਵਰਨ ਨੂੰ ਬਚਾਉਣਾ, ਨਹੀਂ ਤਾਂ ਫਿਰ ਆਪਾਂ ਨੂੰ ਕੋਈ ਨਹੀਂ ਬਚਾ ਪਾਏਗਾ। ਜਦੋਂ ਵੀ ਤੁਹਾਡਾ ਜਨਮ ਦਿਨ ਆਉਂਦਾ ਸਾਨੂੰ ਪੁੱਛ ਲਓ 4 ਫਲਦਾਰ ਪੌਦੇ ਤੁਸੀਂ ਕਿਹੜੇ ਲਗਾਉਣੇ ਆ, ਅਸੀਂ ਫ੍ਰੀ ਦੱਸਾਂਗੇ, ਕੋਈ ਚਾਰਜਿਸ ਨਹੀਂ। ਵਟਸਐਪ 'ਤੇ ਸਾਡੇ 'ਤੇ ਪੁੱਛ ਸਕਦੇ ਹੋ। ਕੱਲ੍ਹ ਫਿਰ ਮਿਲਾਂਗੇ ਜੀ ਇੱਕ ਨਵੇਂ ਵਿਸ਼ੇ ਦੇ ਨਾਲ। ਨਮਸਕਾਰ।